ਪੂਰੇ ਪਿੰਡ ਆਲੇ ਦੁਆਲੇ ਸਾਰੇ ਲੜੀਆਂ ਇੰਨੀ ਸੇਵਾ ਸਭ ਨਗਰ ਕੀਰਤਨ ਸਾਹਿਬ ਮੌਸਮ ਖਰਾਬ ਕਰਕੇ ਥੋੜਾ ਮੌਸਮ ਗੁਰੂ ਰਵਿਦਾਸ ਦੇ ਨਾਲ ਅੱਖੀਆਂ ਲੱਗ ਗਈਆਂ, ਗੁਰੂ ਰਵਿਦਾਸ
ਵਿੱਚੋਂ ਸਾਡਾ ਸੇਵਕ ਸਾਹਿਬ ਸਾਡੇ ਅੰਤ ਦੀ ਚਾਚੀਆਂ ਦੀ ਸਾਡੇ ਸੋਢੀ ਭਾਜੀ ਸਾਰਿਆਂ ਵੇਲੇ ਬਹੁਤ ਸਾਰਾ ਸ਼ੀਰਵਾਦ ਬਹੁਤ ਸਾਰਾ ਪਿਆਰ ਅਸੀਂ ਬਹੁਤ ਹੀ ਸ਼ੁਕਰ ਗੁਜ਼ਾਰਾਂ ਸਾਡੇ ਕਿ ਜਿਹੜਾ ਤੁਸੀਂ ਇੰਨਾ ਮਾਣ ਬਖਸ਼ ਦਿਓ ਸਤਿਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਵਿੱਚ ਰੱਖੇ ਗੁਰੂ ਰਵਿਦਾਸ ਜੀ ਦਾ ਜਨਮ ਤਿਹਾੜਾ ਗੁਰੂ ਰਵਿਦਾਸ ਜੀ ਦਾ ਜਨਮ ਬੂਟਾ ਸਿੰਘ 100 ਰੁਪਏ ਕੈਨੇਡਾ ਨਿਵਾਸੀ, ਸੋਨੀ ਸਿੰਘ 100 ਰੁਪਏ ਕੈਨੇਡਾ ਨਿਵਾਸੀ, ਸੁੱਖਾ ਸਿੰਘ 100 ਰੁਪਏ ਕੈਨੇਡਾ ਨਿਵਾਸੀ, ਹੋਰ ਵੀ ਪਰਮਾਤਮਾ ਦੇ ਬਖਸ਼ੇ ਮਹਿੰਦਰ ਸਿੰਘ ਕੈਨੇਡਾ, ਜੋਗਿੰਦਰ ਸਿੰਘ ਕੈਨੇਡਾ, ਸਾਰੇ ਪਰਿਵਾਰ ਵੱਲੋਂ ਰਲ ਜਾ ਕੇ ਚਾਹ ਪਕੌੜਿਆਂ ਦਾ ਲੰਗਰ ਹਰ ਤਰ੍ਹਾਂ ਲਗਾਇਆ। ਪਰਮਾਤਮਾ ਦੇ ਬਖਸ਼ੇਰਾ ਕਰੋ ਕਿ ਸਾਡੀ ਸਮੂਹ ਸੰਗਤ ਵੱਲੋਂ ਬੇਨਤੀ ਹੈ ਕਿ ਜਥੇ ਨੂੰ ਟਾਈਮ ਦਿੱਤਾ ਜਾਵੇ। ਅਵਤਾਰ ਸਿੰਘ ਸੋਹਤਾ USA, ਉਹਨਾਂ ਵੱਲੋਂ ਗੁਰਦੁਆਰਾ ਸਾਹਿਬ ਨੂੰ 1000 ਰੁਪਈਆ ਅਤੇ ਪੈਲਸ ਦੇ ਵਿੱਚ ਫਰੂਟ ਦੀ ਸੇਵਾ। ਅਵਤਾਰ ਸੋਹਤਾ ਜੀ ਵੱਲੋਂ ਬਹੁਤ ਬਹੁਤ ਧੰਨਵਾਦ। ਪਰਮਾਤਮਾ ਦੀ ਦੁੱਗਣੀ ਰਾਹ ਚੌਗਣੀ ਤਰੱਕੀ ਬਖਸ਼ੇ। ਲੋ ਭਾਈ ਰਵਿੰਦਰ ਸਿੰਘ ਜੀ ਬੰਬ ਅਤੇ ਸਮੂਹ ਗ੍ਰਾਮ ਪੰਚਾਇਤ ਪਿੰਡ ਚੱਕ ਦੇਸਰਾ ਸਾਰੇ ਨਾਲ ਸੇਵਾ ਨਿਭਾ ਰਹੇ ਨੇ, ਬਹੁਤ ਬਹੁਤ ਧੰਨਵਾਦ। ਆਓ ਜੀ ਗੁਰੂ ਕੇ ਪਿਆਰੇ, ਕੇਵਲ ਹਾਜ਼ਰੀ ਤੌਰ ਤੇ ਤੁਹਾਡੇ ਨਾਲ ਸਾਂਝਾ ਹੋ ਰਹੇ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਗਰ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਇੱਥੇ ਤੱਕ ਪਹੁੰਚੇ ਦੇ ਤੀਸਰੇ ਪੜਾਅ ਤੇ ਬੜੇ ਸਤਿਕਾਰ ਨਾਲ 2-4 ਮਿੰਟ ਦੇ ਅੰਦਰ ਸਮਾਪਤੀ ਕਰਨੀ ਹੈ। ਬੜੇ ਪਿਆਰ ਨਾਲ ਸਵਾਗਤ ਕਰੋ ਜੀ ਅਗਲਾ ਪ੍ਰੋਗਰਾਮ। ਆਓ ਗੁਰੂ ਕੇ ਪਿਆਰੇ ਹੋ, ਜਾਣੂ ਹੋ ਰਹੇ ਸੋ ਤੇ ਇਤਿਹਾਸਕ ਲੜੀ ਇੱਥੋਂ ਤੱਕ ਪੁੱਜੀ ਸੀ ਕਿ ਗੁਰੂ ਰਵਿਦਾਸ ਮਹਾਰਾਜ ਦੀ ਮਹਿਮਾ ਚਿਤੌੜਗੜ੍ਹ ਦੇ ਕਿਲੇ ਅੰਦਰ ਪੁੱਜ ਗਈ ਹੈ। ਚਿਤੌੜਗੜ੍ਹ ਦੇ ਕਿਲੇ ਦੀ ਰਾਣੀ ਰਾਣੀ ਝਾਲਾ ਬਾਈ ਇਹ ਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ ਦੀ ਧੌਲੀ ਬੰਨ ਵਾਸਤੇ ਕਾਲੀ ਪੈ ਰਹੀ ਸੀ। ਗੁਰੂ ਰਵਿਦਾਸ ਮਹਾਰਾਜ ਦੀ ਦੁਨੀਆਂ ਦੇ ਬਾਦਸ਼ਾਹ ਦੇ ਦਰਸ਼ਨ ਕਰਨ ਵਾਸਤੇ ਇਹਦੇ ਦਿਲ ਅੰਦਰ ਤਾਂਗ ਲੱਗੀ ਹੈ, ਪਿਆਰ ਜਾਗਿਆ ਹੈ ਤੇ ਗੁਰੂ ਰਵਿਦਾਸ ਮਹਾਰਾਜ ਦੀ ਦੁਨੀਆਂ ਦੇ ਬਾਦਸ਼ਾਹ ਦੇ ਦਰਸ਼ਨ ਕਰਨ ਵਾਸਤੇ ਆਪਣੇ ਰਾਜੇ ਨੂੰ ਰਾਜੇ ਕੁੰਭੇ
ਕਾਂਛੀ ਦੀ ਧਰਤੀ ਅੰਦਰ ਤੀਰਥ ਯਾਤਰਾ ਨੂੰ ਜਾਣਾ ਚਾਹੁੰਦੀ ਹੈ। ਇਹ ਨਹੀਂ ਗੱਲ ਆਖੀ ਕਿ ਮੈਂ ਕਸ਼ੂਤਰ ਦੇ ਦਰਸ਼ਨ ਕਰਨ ਚੱਲੀ ਹੈ, ਮੈਂ ਗੁਰੂ ਰਵਿਦਾਸ ਨੂੰ ਮਿਲਣ ਚੱਲੀ ਹੈ, ਇਹ ਨਹੀਂ ਗੱਲ ਆਖੀ। ਆਖਿਆ ਮੈਂ ਯਾਤਰਾ ਨੂੰ ਜਾਣਾ ਚਾਹੁੰਦੀ ਹੈ। ਯਾਤਰਾ ਦਾ ਬਹਾਨਾ ਲਾ ਕੇ, ਤੀਰਥਾਂ ਦਾ ਬਹਾਨਾ ਮਾਰ ਕੇ ਰਾਣੀ ਝਾਲਾ ਬਾਈ ਜਿਵੇਂ ਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ ਵਿੱਚ ਆਈ ਤੇ ਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ ਦੀ ਭੌਮੀ ਬਣੀ, ਕਿਵੇਂ ਗੁਰੂ ਰਵਿਦਾਸ ਮਹਾਰਾਜ ਦੇ ਦਰਸ਼ਨ ਕਰ ਰਹੀ ਹੈ। ਨਾ ਇਹਨੇ ਗੰਗਾ ਤੇ ਇਸ਼ਨਾਨ ਕੀਤਾ, ਨਾ ਇਹਨੇ ਕਿਸੇ ਹਿੰਦੂ ਮੰਦਿਰ ਨੂੰ ਝਾਲਾ ਚਲਾਇਆ, ਨਾ ਇਹਨੇ ਕਿਸੇ ਬ੍ਰਾਹਮਣ ਨੂੰ ਪੂਜਿਆ। ਇਹ ਸਿੱਧੀ ਗੁਰੂ ਰਵਿਦਾਸ ਮਹਾਰਾਜ ਦੇ ਮੰਦਿਰ ਵਿੱਚ, ਗੁਰੂ ਰਵਿਦਾਸ ਮਹਾਰਾਜ ਦੇ ਪਵਿੱਤਰ ਅਸਥਾਨ ਤੇ ਕਿਵੇਂ ਪੁੱਜੀ, ਕਿਵੇਂ ਆਣ ਕੇ ਦਰਸ਼ਨ ਕੀਤੇ, ਉਸ ਵੇਲੇ ਦਾ ਸੀਨ ਹੈ। ਮਹਾਰਾਜਗੜ੍ਹ ਦੀ ਕਲਾਕਰਮੀ ਤੇ ਹਾਜ਼ਰੀ ਅਸਰ ਪ੍ਰਵਾਨ ਗੁਰਚਰਨਾਂ ਦੀ ਪ੍ਰੀਤੀ ਬਖਸ਼।
ਭੇਜੀ ਮੈਂ ਸਰਵ ਕਰਨੀ ਜਿੱਥੇ ਸਰਦਾਰ ਅਵਤਾਰ ਸਿੰਘ ਦੀ ਜੂਟਾ ਸੇ ਉਹਨਾਂ ਵੱਲੋਂ 500 ਰੁਪਈਆ ਜਾਂਦੇ ਸਪੈਸ਼ਲ ਨਾਮ ਆਇਆ ਉੱਥੇ ਹੋਰ ਗੁਰੂ ਦੇ ਪਿਆਰੇ ਸਰਦਾਰ ਬੂਟਾ ਸਿੰਘ ਜੀ ਜਿਨ੍ਹਾਂ ਵੱਲੋਂ ਪਿਛਲੇ ਪੜਾਅ ਤੇ 100 ਲੱਖ ਦਾ ਬੜਾ ਸਪੈਸ਼ਲ ਨਾਮ ਆਇਆ ਸੀ ਸਰਦਾਰ ਬੂਟਾ ਸਿੰਘ ਕਨੇਡਾ ਸੋਨੀ ਸਿੰਘ ਜੀ ਕਨੇਡਾ 100 ਲੱਖ ਦਾ ਬੜਾ ਉਹਨਾਂ ਵੱਲੋਂ ਦੁਬਾਰੇ ਆਇਆ ਹੈ ਤੇ ਹੋਰ ਸੇਵਾ ਜਥੇ ਨੂੰ ਮਹਾਰਾਜ ਦੀ ਦੁਨੀਆ ਦੇ ਪਾਤਸ਼ਾਹ ਦੀ ਕਿਰਪਾ ਨਾਲ ਭੇਜੀ ਗਈ ਹੈ ਸਰਦਾਰ ਸੁੱਖਾ ਸਿੰਘ ਜੀ 100 ਲੱਖ ਦਾ ਬੜਾ ਕਨੇਡਾ ਤੋਂ ਉਹਨਾਂ ਵੱਲੋਂ ਦੁਬਾਰੇ 100 ਲੱਖ ਦਾ ਬੜਾ ਹੋਰ ਆਇਆ ਪ੍ਰਧਾਨ ਬਲਬੀਰ ਸਿੰਘ ਜੀ ਜੋ ਬਾਹਰ ਦੀ ਕੰਟਰੀ ਅੰਦਰ ਸੰਗਤਾਂ ਨੂੰ ਤਾਰੇ ਨੇ ਤੇ ਉੱਥੇ ਦਰਸ਼ਨ ਕਰ ਰਹੇ ਨੇ ਸੰਗਤਾਂ ਦੇ ਤੇ ਸਾਰਾ ਲਾਈਵ ਪ੍ਰੋਗਰਾਮ ਦੇਖ ਰਹੇ ਨੇ ਸੰਗਤਾਂ ਦਾ ਸੋ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ ਜਿਹੜੀ ਭਾਵਨਾ ਲੈ ਕੇ ਅੱਜ ਗੁਰਪੁਰਬ ਦੀਆਂ ਖੁਸ਼ੀਆਂ ਮਨਾ ਰਹੇ ਨੇ ਮਹਾਰਾਜ ਭਾਵਨਾਵਾਂ ਸੰਤੁਲਿਤ ਕਰਨੀਆਂ ਚੜ੍ਹਦੀ ਕਲਾ ਬਖਸ਼ਣੀ ਹੰਗ ਸੰਗ ਹੋ ਕੇ ਸਹਾਇਤਾ ਕਰਨੀ ਹੈੱਡ ਗ੍ਰੰਥੀ ਸਾਹਿਬ ਭਾਈ ਕੁਲਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਡਾਕਟਰ ਸੰਤੋਖ ਉਹਨਾਂ ਦਾ ਬਹੁਤ ਧੰਨਵਾਦ ਰਸਤਿੰਦਰ ਪਿੰਦੀ ਜੀ ਉਹਨਾਂ ਦਾ ਬਹੁਤ ਧੰਨਵਾਦ ਰਵੀ ਕੁਮਾਰ ਪੰਜਾਬ ਪੁਲਿਸ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਸ਼ਨੀ ਕੁਮਾਰ ਪੰਜਾਬ ਪੁਲਿਸ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਕੇਐਸਆਈ ਜੀ ਕੁਲਵਿੰਦਰ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਸਰਦਾਰ ਬਲਬੀਰ ਸਿੰਘ ਜੀ ਵੀਰੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਤੇ ਸਾਡੇ ਬਹੁਤ ਸਤਿਕਾਰਯੋਗ ਸਟੇਜ ਸਕੱਤਰੀ ਸਾਹਿਬ ਸਕੱਤਰ ਸਾਹਿਬਾਨ ਜੋ ਸਟੇਜ ਦੀ ਸਾਰੀ ਸੇਵਾ ਨਿਭਾ ਰਹੇ ਨੇ ਕਾਰ ਸਫਾਈ ਨਿਭਾ ਰਹੇ ਨੇ ਮੰਗਤ ਮੰਗਾ ਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਹਾਜ਼ਰ ਹੋਇਆ ਮਹਾਰਾਜ ਜਿਹੜੀ ਭਾਵਨਾ ਲੈ ਕੇ ਮੈਂ ਭੇਜੀ ਹੈ ਭਾਵਨਾਵਾਂ ਸੰਪੂਰਨ ਕਰਨੀਆਂ ਮੰਗ ਦੀਆਂ ਮਰਾਦਾਂ ਪੂਰੀਆਂ ਕਰਨੀਆਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਣੀਆਂ ਚੜ੍ਹਦੀ ਕਲਾ ਬਖਸ਼ਣੀ ਅੰਤ ਸੰਗ ਹੋ ਕੇ ਸਹਾਇਤਾ ਕਰਨੀ ਕਿਉਂਕਿ ਜਿਹੜਾ ਸਟੇਜ ਸੁਤੰਤਰ ਹੁੰਦਾ ਹੈ ਉਹ ਸਟੇਜ ਦੀ ਮਾਂ ਹੁੰਦਾ ਜਿਹੜਾ ਹੁਕਮ ਨੂੰ ਕਰ ਦੇਵੇ ਉਹ ਜਥੇ ਨੂੰ ਮੰਨਣਾ ਪੈਂਦਾ ਆਓ ਬੜੇ ਪਿਆਰ ਤੇ ਸਰਕਾਰ ਦੇ ਨਾਲ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਅਗਲੇ ਪੜਾਅ ਤੇ ਜਾ ਕੇ ਗੁਜ਼ਾਰਾ ਕਰਦੇ ਹਾਂ ਕਿ ਰਾਣੀ ਝਾਲਾ ਕਿਵੇਂ ਆਈ ਤੇ ਚੰਨਾ ਦੀ ਭੌੜੀ ਕਿਵੇਂ ਬਣੀ ਕਿਵੇਂ ਚੰਨਾ ਵਿੱਚ ਪ੍ਰਾਪਤ ਕੀਤਾ ਤੇ ਇਸ ਤੋਂ ਅੱਗੇ ਕੀ ਹੋਇਆ ਸਾਰਾ ਪ੍ਰੋਗਰਾਮ ਸੰਗਤਾਂ ਦੇ ਨਾਲ ਸਾਂਝਾ ਕੀਤਾ ਜਾਵੇਗਾ ਇੱਥੇ ਜਥੇ ਨਾਲ ਬੁਲਾਓ ਫਤਿਹ ਬੜੇ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਦਾ ਸਾਡੇ ਪਿੱਤੀ ਭਾਅ ਜੀ ਉਹ ਸਟੇਜ ਤੇ ਆ ਜਾਣਾ ਪ੍ਰਬੰਧਕ ਕਮੇਟੀ ਵੱਲੋਂ ਸਰੂਪਾ ਸਾਹਿਬ ਭੇਟ ਕੀਤਾ ਜਾਊਗਾ ਮੈਂ ਬੇਨਤੀ ਕਰਦਾ ਕਮੇਟੀ ਮੈਂਬਰਾਂ ਨੂੰ ਕਿ ਉਹ ਵੀ ਸਟੇਜ ਤੇ ਆ ਜਾਣਾ ਸਰਦਾਰ ਮਹਿੰਦਰ ਸਿੰਘ ਜੀ ਕਨੇਡਾ ਸਰਦਾਰ ਜਗਿੰਦਰ ਸਿੰਘ ਜੀ ਕਨੇਡਾ ਇਹ ਸਾਰੇ ਪਰਿਵਾਰ ਵੱਲੋਂ ਚਾਹ ਪਕੌੜੇ ਦਾ ਲੰਗਰ ਔਰ ਹਰ ਸਾਲ ਦੀ ਤਰ੍ਹਾਂ ਵੱਧ ਚੜ੍ਹ ਕੇ ਜੋ ਬੋਲੇ ਸੋ ਨਿਹਾਲ ਤੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਅਗਲੇ ਪੜਾਅ ਨੂੰ ਆਪਾਂ ਜਾਣਾ ਹੈ ਰਲ ਮਿਲ ਕੇ ਹੁਣ ਪੈਲਸ ਦੇ ਵਿੱਚ ਪਹੁੰਚਣਾ ਹੈ ਜੋ ਬੋਲੇ ਸੋ ਨਿਹਾਲ ਸਾਰੇ ਤਾਂ ਮੋਹਰੇ ਵਜਾਉਂਦੇ ਆ ਪਿਸਤੌਲ ਹੋ ਰਿਹਾ ਤੁਹਾਡੇ ਕਰਕੇ ਸਾਰੇ